ਦੇਖੋ ਜੀ ਮੈਂ ਵੱਡੇ ਵੱਡੇ ਲੀਡਰਾਂ ਦੇ ਬਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਆਹ ਜਿਹੜੇ ਲੀਡਰ ਹੈਗੇ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੋਣਾਂ ਨਾਲ ਲੜਦੇ ਕਰਾਂ ਸਾਡੇ ਕੋਈ ਮੁੱਦੇ ਦੀ ਬਰਾਤ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਪੂਰੀ ਸਿਕਿਉਰਟੀ ਲਾਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਟੀਟੂ ਬਾਣੀ ਨੂੰ ਪਰੇਸ਼ਾਨ ਨਾ ਕਰਿਓ ਜੇ ਟੀਟੂ ਬਾਣੀ ਪਰੇਸ਼ਾਨ ਲਾ ਤਾਂ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਕਹਿੰਦਾ ਵਾ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀਗਾ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ ਤਾਂ ਮੇਰੇ ਭਰਾ ਨੇ ਅਨੁਸ਼ਾਸਨ ਦੇ ਉਹ ਵਿਆਹ ਜੀ ਬਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਨਾ ਨਸ਼ੇ ਨਾਲ ਮਰੀ ਜਾਂਦੇ ਆ ਖਸਖਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਅਤੇ ਪੁਲਿਸ ਮੁਲਾਜ਼ਮ ਕਿਵੇਂ ਰੋਕੂਗਾ ਚਿੱਟੇ ਦੀ ਰੋਕਥਾਮ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸ਼ੇ ਲੋਕ ਖਾਈ ਜਾਂਦੇ ਆ ਲੋਕ ਹਾਈਟੈਕਸ ਖਾਈ ਜਾਂਦੇ ਆ ਕਿਰਾ ਯਾਨੀ ਮੁੱਦੇ ਹੀ ਮੁੱਦੇ ਨੇ ਬਾਈ ਜੀ ਅੱਗੇ ਅੱਗੇ ਪਟਾਕੇ ਪੈਣੇ ਟੀਟੂ ਬਾਣੀ ਦੇ ਪੱਟਾਂ ਦੇ ਹੱਥ ਮਾਰਦਾ ਜੀ ਆ ਗਏ ਬੈਲੀ ਬਾਣੀ ਆ ਗਿਆ ਬੈਲੀ ਬਾਣੀ ਆ ਗਿਆ ਜੀ ਅੱਜ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਵਨੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੇ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀਆਂ ਇੰਨੀਆਂ ਤਨਖਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗਲਮੈਲ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ SHO ਵੀ ਪੜ੍ਹਿਆ ਲਿਖਿਆ ਵਾ ਆਹ ਲੀਡਰ ਸਾਨੂੰ ਅਨਪੜ੍ਹ ਮਿਲ ਗਏ ਢੋਲ ਵਜਾ ਕੇ ਮੈਂ ਵੀ ਆਪਦਾ ਰੌਲਾ ਪਾਉਣ ਆਇਆ ਵਾਂ ਵੀ ਟੀਟੂ ਬਾਣੀਆ ਹੈਗਾ ਵਾ ਹਜੇ ਮਰਿਆ ਨਹੀਂ ਆ ਬਸ ਆਹ ਇਹਨੇ ਲੀਡਰਾਂ ਨੂੰ ਦਿਖਾਉਣਾ ਆ ਆਹ ਜਿਹੜੇ ਸਿਆਸੀ ਲੀਡਰ ਕਾਗਜ਼ ਭਰਨ ਆਏ ਆ ਨਾ ਆਹ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁਣ ਤਾਂ ਕਾਗਜ਼ ਭਰਨ ਆਏ ਕਰਦੇ ਕੀ ਕਿਰਾ ਕਾਹਦੇ ਕਾਗਜ਼ ਕਾਗਜ਼ ਵਾ ਲੈ ਹੱਥ ਕਰਦੀ ਆ ਕਿਰਾ ਲੋਕ ਸਭਾ ਨੇ ਹੱਥ ਕਰਤੀ ਚਲੋ 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 ਹੁਣ ਆ ਜਾਓ ਚਲੋ ਆ ਜਾਓ ਦੇਖੋ ਜੀ ਮੈਂ ਵੱਡੇ ਵੱਡੇ ਲੀਡਰਾਂ ਦੇ ਬਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਆਹ ਜਿਹੜੇ ਲੀਡਰ ਹੈਗੇ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੋਣਾਂ ਨਾਲ ਲੜਦੇ ਕਰਾਂ ਸਾਡੇ ਕੋਈ ਮੁੱਦੇ ਦੀ ਬਰਾਤ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਪੂਰੀ ਸਿਕਿਉਰਟੀ ਲਾਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਟੀਟੂ ਬਾਣੀ ਨੂੰ ਪਰੇਸ਼ਾਨ ਨਾ ਕਰਿਓ ਜੇ ਟੀਟੂ ਬਾਣੀ ਪਰੇਸ਼ਾਨ ਲਾ ਤਾਂ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ
ਮੋਟਰ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਕਹਿੰਦੇ ਲੀਡਰਾਂ ਵਾਸਤੇ ਮੈਂ ਖਤਰਨਾਕ ਆ ਲੋਕਾਂ ਉਹਨਾਂ ਦੇ ਪਸੀਨੇ ਚੁੰਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਮਨੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀਆਂ ਇੰਨੀਆਂ ਤਨਖਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮਿਲ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਐਸਐਚਓ ਵੀ ਪੜ੍ਹਿਆ ਲਿਖਿਆ ਵਾ ਆਹ ਲੀਡਰ ਸਾਨੂੰ ਅਨਪੜ੍ਹ ਮਿਲ ਗਏ ਢੋਲ ਵਜਾ ਕੇ ਮੈਂ ਵੀ ਆਪਦਾ ਰੌਲਾ ਪਾਉਣ ਆਇਆ ਵਾ ਵੀ ਟੀਟੂ ਬਾਣੀਆ ਹੈਗਾ ਵਾ ਹਜੇ ਮਰਿਆ ਨਹੀਂ ਆ ਬਸ ਆਹ ਇਹਨੇ ਲੀਡਰ ਨੂੰ ਦਿਖਾਉਣਾ ਆ ਆਹ ਜਿਹੜੇ ਸਿਆਸੀ ਲੀਡਰ ਕਾਗਜ਼ ਭਰਨ ਆਏ ਆ ਨਾ ਆਹ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁਣ ਤਾਂ ਕਾਗਜ਼ ਭਰਨ ਆਏ ਕਰਦੇ ਕੀ ਕਰਾਂ ਕਾਹਦੇ ਕਾਗਜ਼ ਕਾਗਜ਼ ਵਾ ਲੈ ਹੱਥ ਕਰਦੀ ਆ ਕਰਾਂ ਲੋਕ ਸਭਾ ਨੇ ਹੱਥ ਕਰਤੀ ਚਲੋ 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 ਹੁਣ ਆ ਜਾਓ ਚਲੋ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ